ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ న్యూਜ਼ ਰਾਜ ਫਾਰਮ ਵਿੱਚ ਸੋ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੁਲਾਉਣੇ ਆ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਕਿਸਾਨ ਵੀਰੋ ਇੱਕ ਰਿਕਵੈਸਟ ਕਰਦਾ ਤੁਹਾਡੇ ਅੱਗੇ ਜੇ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਤੈਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਨਾਲ ਲੱਗਾ ਬੈਲ ਆਈਕਨ ਦਾ ਬਟਨ ਹੌਲ ਤੇ ਜਾ ਕੇ ਪ੍ਰੈਸ ਕਰ ਲਿਓ ਜਿਹੜੇ ਨਵੇਂ ਭਰਾ ਆਪਣੇ ਨਾਲ ਅਟੈਚ ਆ ਸੋ ਇਸੇ ਤਰ੍ਹਾਂ ਹੀ ਆਪਣਾ ਫੇਸਬੁੱਕ ਉੱਪਰ ਵੀ ਪੇਜ ਆ ਸੋ ਪੇਜ ਨੂੰ ਵੀ ਤੁਸੀਂ ਫੋਲੋ ਕਰਨਾ ਨਾ ਭੁੱਲਣਾ ਜਿਹੜਾ ਦੋਸਤੋ ਅੱਜ ਤੁਹਾਨੂੰ ਬਰੀਡਰ ਦਿਖਾਉਣ ਲੱਗਾ ਇਹਦਾ ਪਸ਼ੋਕੜ ਜਿਹੜਾ ਇਹਦੇ ਦਾਦੇ-ਪਰਦਾਦੇਆਂ ਦਾ ਦੋਸਤੋ ਆਪਣੇ ਲੈंदे ਪੰਜਾਬ ਦਾ ਵਾ ਸੋ ਇਹੇ ਨਗੀਨਾ ਦੋਸਤੋ ਮੈਂ ਜਿਹੜਾ ਬੜੀ ਹੀ ਤਕੜੀ ਘਾਲਣਾ ਘਾਲ ਕੇ ਖਰੀਦਿਆ ਕਿਉਂਕਿ ਇਹੋ ਜੇ ਨਗੀਨੇ ਪਹਿਲੀ ਗੱਲ ਦਾ ਛੇਤੀ ਕੋ ਵੇਚਦਾ ਨਹੀਂ ਜੇ ਵੇਚਦਾ ਤੇ ਦੋਸਤੋ ਉਹਦਾ ਮੁੱਲ ਬੜਾ ਕਰੜਾ ਹੁੰਦਾ ਵਾ ਸੋ ਮੁੱਲ ਤਾਂ ਇਹਦਾ ਹੁਣ ਵੀ ਜਿਹੜਾ ਦੋਸਤੋ ਕਰੜਾ ਹੀ ਕੀਤਾ ਸੀ ਪਰ ਫਿਰ ਵੀ ਜਦੋਂ ਨਗੀਨਾ ਪਸੰਦ ਆ ਜੇ ਤਾਂ ਦੋਸਤੋ ਫਿਰ ਛੱਡਣ ਨੂੰ ਜੀ ਨਹੀਂ ਕਰਦਾ ਤੇ ਤੁਸੀਂ ਮੈਂ ਦੋਸਤੋ ਦੂਰੋਂ ਖੜ ਕੇ ਵੀਡੀਓ ਕਰ ਰਿਹਾ ਤੇ ਤੁਸੀਂ ਲੋਲਾਪਨ ਤੇ ਢਿੱਲਾਪਨ ਬੋਲੇ ਚ ਦੇਖਿਆ ਹੀ ਹੋਊਗਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਬੋਲ ਜਿਹੜਾ ਸ਼ੋ ਕੁਆਲਟੀ ਦਾ ਬੋਲ ਆਉਣ ਵਾਲੇ ਸਮੇਂ ਤੇ ਤਿਆਰ ਹੋਣਾ 2.5 ਸਾਲ ਦੀ ਉਮਰੇ ਦੀ ਘਾਟ ਆ ਦੋਸਤੋ ਜੰਪਾਂ ਦੇ ਹੁਣ ਆਪਾਂ ਛੱਡਿਆ ਕਰਾਂਗੇ ਤੇ ਉਸ ਤੋਂ ਪਹਿਲਾਂ ਯਾਨੀ ਕਿ ਉਹਨਾਂ ਨੇ ਸਾਂ ਨੂੰ ਨਹੀਂ ਕਿਤੇ ਮੰਨ ਲਓ ਜੰਪ ਤੇ ਨਹੀਂ ਛੱਡਿਆ ਸੋ ਆਪਾਂ ਵੀ ਦੋਸਤੋ ਝੋਟੀਆਂ ਦੋ ਘਰੇ ਰੱਖੀਆਂ ਬਹੁਤ ਚੰਗੀਆਂ ਉਹਨਾਂ ਤੇ ਬਰੀਡ ਤੇ ਕੰਮ ਕਰਨ ਵਾਸਤੇ ਸਾਂ ਨੂੰ ਲੈ ਕੇ ਆਂਦਾ ਸੀ ਸੋ ਮੇਰਾ ਇਰਾਦਾ ਕਿ ਇੱਕ ਝੋਟੀ ਦਾ ਹੁਣ ਪਾਸੋਂ ਹੀਟ ਕੱਢੀ ਆ ਉਹਨੇ ਦੁਬਾਰਾ ਜਦੋਂ ਹੀਟ ਕੱਢੂਗੀ ਤਾਂ ਇਸੇ ਨਾਲ ਹੀ ਮਲਾਉਣੀ ਆ ਕਿਉਂਕਿ ਇਹਦੀ ਜਿਹੜੀ ਭੈਣ ਆ ਆਪਾਂ ਬਾਈ ਕਬਰ ਵਛੇ ਦੁਆ ਉਹਨੂੰ ਦਿੱਤੀ ਸੀ ਸੋ ਨੇ ਬਹੁਤ ਹੀ ਵਧੀਆ ਪਹਿਲੇ ਸੂਏ ਮਿਲਕ ਪ੍ਰੋਡਕਸ਼ਨ ਕੀਤਾ ਪਹਿਲੇ ਸੂਏ ਦੋਸਤੋ ਉਹਨੇ 11 12 ਤੇ ਮੰਨ ਲਓ ਪਹੁੰਚੀ ਆ ਹੋ ਸਕਦਾ ਹਜੇ ਪੀਕ ਤੇ ਗਈ ਨਹੀਂ ਕਿਉਂਕਿ ਸੂਈ ਨੂੰ ਹਜੇ ਥੋੜੇ ਦਿਨ ਹੋਏ ਆ 10 12 ਦਿਨ 15 ਦਿਨ ਬਾਅਦ ਤੋਂ ਬਾਅਦ ਹੋਏ ਆ ਕਿਉਂਕਿ ਪਹਿਲਣਾ ਝੋਟੀਆਂ ਦੋਸਤੋ ਮਹੀਨੇ ਤੋਂ ਬਾਅਦ ਚ ਜਾ ਕੇ ਹੀ ਪੀਕ ਤੇ ਆਉਂਦੀਆਂ ਹੋ ਸਕਦਾ 13 14 ਤੇ ਵੀ ਚਲ ਜਾਵੇ ਤਾਂ ਉਹਦੇ ਨਾਲ ਫਿਰ ਇਹਦੀ ਵੀਡੀਓ ਜਰੂਰ ਕਰਾਂਗੇ ਤੇ ਇਹ ਜਿਹੜਾ ਬੋਲਿਆ ਦੋਸਤੋ ਤੁਹਾਨੂੰ ਇਹਦਾ ਬੋਡੀ ਸਟਰਕਚਰ ਦੱਸਦਾ ਹੀ ਹੋਊਗਾ ਤੇ ਜਿਹੜੀਆਂ ਇਹਦੀਆਂ ਮੰਨ ਲਓ ਅੱਖਾਂ ਵਾਂ ਦੋਸਤੋ ਤੁਸੀਂ ਦੇਖ ਸਕਦੇ ਆ ਬੈਲ ਕੋਲ ਫੋਰਕ گلابی ਰੰਗ ਦੇ ਕੋਏ ਆ ਦੋਸਤੋ ਦੋਨੋਂ ਪਾਸੇ ਮਣਕਣੀ ਅੱਖ ਲੱਗੀ ਹੋਈ ਆ ਤੇ ਠੰਡਾ ਤਾਂ ਇੰਨਾ ਵਾਂ ਦੋਸਤੋ ਵੀ ਮੰਨ ਲਓ ਸਾਹਮਣੇ ਵੀਡੀਓ ਕਰ ਰਹੇ ਆ ਆਰਾਮ ਨਾਲ ਸਾਨ ਗਾਲੇ ਪੈ ਗਿਆ ਤੇ ਸਰੀਪੂਣਾ ਇੰਨਾ ਪਲਾ ਧੱਕੇ ਮਾਰੀ ਜੋ ਦੋਸਤੋ ਹਿੱਲੂਗਾ ਨਹੀਂ ਜਿਹੜਾ ਇਹਦਾ ਮਾਪਿਓ ਆ ਦੋਸਤੋ ਉਹ ਆਪਣੇ ਆਪ ਚੀ ਚੈਂਪੀਅਨ ਆ ਹਾਲਾਂਕਿ ਉਹ ਅਜੇ ਤੱਕ ਸੋਸ਼ਲ ਮੀਡੀਆ ਤੇ ਕਿਤੇ ਨਹੀਂ ਆਏ ਸੋਸ਼ਲ ਮੀਡੀਆ ਤੇ ਆਉਣ ਦਾ ਇੱਕ ਇਹ ਵੀ ਵੱਡਾ ਕਾਰਨਾ ਵੀ ਜਿਹੜੇ ਸਾਹਣ ਆ ਮੰਨ ਲਓ ਉਹਨਾਂ ਨੂੰ ਆਪਣੇ ਐਨੀਮਲ ਨਾਲ ਹੀ ਮਤਬਲਾ ਉਹ ਮੇਲਿਆਂ ਦੇ ਵਿੱਚ ਨਹੀਂ ਜਾਂਦੇ ਲਾਈਵ ਨਹੀਂ ਕਰਦੇ ਕਿਉਂਕਿ ਹਰ ਇੱਕ ਦਾ ਆਪੋ ਆਪਣਾ ਸਿਸਟਮ ਹੁੰਦਾ ਕਈ ਵਾਰ ਨਜ਼ਰ ਦੇ ਥੱਲੇ ਵੀ ਆ ਜਾਂਦਾ ਵਾ ਪਸੂ ਸੋ ਹਰ ਇੱਕ ਦੇ ਹੁੰਦਾ ਵਾ ਮਾਂ ਇਹਦੀ ਦੋਸਤੋ ਮੰਲੋ ਨਾਰਮਲ ਚਰਾਰੇ ਚਰਾਂ ਤੇ 15 14 15 ਕਰਦੀ ਰਹੀ ਹੈ ਜੇ ਕਿਸੇ ਖਾਸ ਖਿਡਾਰੀ ਕੋਲੇ ਹੋਵੇ ਤੇ 20 ਕਿਲੋ ਦਾ ਜਾਣਾ ਕੋਈ ਵੱਡੀ ਗੱਲ ਨਹੀਂ 18 ਤੱਕ ਜਾਣਾ ਕੋਈ ਵੱਡੀ ਗੱਲ ਨਹੀਂ ਸੋ ਤੁਸੀਂ ਸਾਹਮਣੇ ਇਹਦੇ ਕੰਬਲੀ ਦੇਖ ਸਕਦੇ ਆ ਥੱਲੇ ਮੂਤਰੀ ਦੇਖ ਸਕਦੇ ਕਿੰਨੀ ਢੈਲਾ ਦੋਸਤੋ ਹਾਲਾਂਕਿ ਦੁਪਹਿਰ ਵੇਲੇ ਇਦੋਂ ਵੀ ਮੰਨ ਲਓ 2 ਇੰਚ ਥੱਲੇ ਹੁੰਦੀ ਹੈ ਇਹ ਜਦੋਂ ਮੰਨ ਲਓ ਮੌਸਮ ਥੋੜਾ ਜਿਹਾ ਗਰਮ ਹੋ ਜਾਂਦਾ ਤੇ ਟੈਸਟੀਕਲ ਦੋਸਤੋ ਇੱਕ ਗੱਠ ਮੰਨ ਲਓ ਇਹਦੇ ਥੱਲੇ ਜਿਹੜੇ ਟੈਸਟੀ ਗੱਲ ਹੁੰਦੇ ਆ ਜਦੋਂ ਦੁਪਹਿਰ ਵੇਲਾ ਹੋਵੇ ਦੀ ਆਪਾਂ ਫੋਟੋਆਂ ਖਿੱਚੀਆਂ ਮੂ ਵੀ ਮੈਂ ਵੀਡੀਓ ਚਲਾਉਂਗਾ ਤੇ ਤੁਸੀਂ ਬੋਡੀ ਸਟਰਕਚਰ ਆ ਚੀਜ਼ ਦੇਖਿਓ ਦੋਸਤੋ ਮੇਰੇ ਕੋਲੇ ਇੱਕ ਝੋਟੀ ਵੀ ਆ ਆ ਜਿਹੜੀ ਚੀਜ਼ ਆਣਾ ਦੋਸਤੋ ਇਹ ਆਹਾ ਜਿਹੜੀ ਪਿੱਛੇ ਨੂੰ ਕੱਢੀ ਹੋਈ ਆ ਸਾਹ ਨੇ ਇਹ ਇੱਕ ਬਹੁਤ ਵੱਡਾ ਆਰਡਰ ਬਣਾਉਣ ਦੇ ਵਿੱਚ ਸਾਥ ਦਿੰਦੀ ਆ ਆ ਦੇਖੋ ਇਧਰੋਂ ਮੈਂ ਦਿਖਾਉਣਾ ਤੁਹਾਨੂੰ ਆ ਐਡੀ ਚੀਜ਼ ਆ ਦੋਸਤੋ ਇਹਦੇ ਨਾਲ ਹੀ ਦੋਸਤੋ ਆਰਡਰ ਜਿੰਨੀ ਢਿੱਲ ਪਿੱਛੇ ਨੂੰ ਜਿਆਦੀ ਹੋਊ ਸਾਹਨ ਦੀ ਉਨਾ ਹੀ ਦੋਸਤੋ ਜਿਹੜਾ ਆਰਡਰ ਪਸ਼ੂਆਂ ਦਾ ਜਿਆਦਾ ਵਿਖਾਉਣਾ ਹੁੰਦਾ ਟੈਸਟੀ ਕਲਾਂ ਦਾ ਜਮਾ ਪੱਧਰਾ ਦੋਸਤੋ ਤੇ ਮੂੰਹ ਜਿੱਦਾ ਦੋ ਦੰਦ ਹੋ ਗਿਆ ਦੋਸਤੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਮੰਨ ਲਓ ਇਹ ਵੀ ਬਹੁਤ ਚੰਗੇ ਦੇ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਮੈਂ ਤਾਂ ਇਹਦੇ ਇਹਦੇ ਖਾਨਦਾਨ ਨੂੰ ਚੰਗੀ ਤਰ੍ਹਾਂ ਜਾਣਦਾ ਕਾਫੀ ਟਾਈਮ ਪਹਿਲਾਂ ਤੋਂ ਜਾਣਦਾ ਸੋ ਅੱਖ ਸੀਗੀ ਮੇਰੀ ਕਿ ਬੁੱਲ ਜ਼ਰੂਰ ਖਰੀਦ ਕੇ ਘਰੇ ਲੈ ਕੇ ਆਉਣਾ ਸੋ ਬਾਈ ਹੁਣੀ ਵੀ ਕਹਿੰਦੇ ਸੀ ਕਿ ਜਦੋਂ ਸਾਣ ਵਿੱਚ ਆ ਤਾਂ ਤੁਹਾਨੂੰ ਹੀ ਦੇਾਂਗੇ ਸੋ ਇਸ ਕਰਕੇ ਇਹ ਸਾਨ ਜਿਹੜਾ ਦੋਸਤੋ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਤੇ ਆਪਾਂ ਆਪਣੇ ਘਰੇ ਲੈ ਆਏ ਆ ਸੋ ਸਾਨ ਇੱਕ ਮੇਰਾ ਵੀਡੀਓ ਬਣਾਉਣ ਦਾ ਮੇਨ ਇਹੀ ਮਕਸਦ ਸੀਗਾ ਕਿ ਹਰ ਇੱਕ ਵੀਰ ਨੂੰ ਨੀਲੀ ਰਾਵੀ ਨੂੰ ਪਿਆਰ ਕਰਨ ਵਾਲਿਆਂ ਨੂੰ ਜਰੂਰ ਇਹ ਨਗੀਨਾ ਦਿਖਾਇਆ ਜਾਵੇ ਲੋਲਾਪਣ ਤੁਸੀਂ ਦੇਖ ਹੀ ਸਕਦੇ ਹੋ ਫਿਰ ਦੋਸਤੋ ਮੈਂ ਇਹਦੀ ਕੀ ਤਾਰੀਫ ਕਰਨੀ ਆ ਤੁਸੀਂ ਆਪ ਵੀਡੀਓ ਦੇਖ ਕੇ ਕਹੋਗੇ ਕਿ ਸਾਨ ਵਾਕਿਆ ਟੱਲੋ ਸਾਹਿਬ ਵੀ ਟੌਪ ਦਾ ਹੀ ਆ ਕਿਉਂਕਿ ਨਗੀਨਾ ਹੀ ਖਰੀਦ ਕੇ ਲਿਆਂਦਾ ਦੋਸਤੋ ਆਪਾਂ ਉੜਾ ਜਾਂ ਸਾਹਮਣ ਵਾਲਾ ਹੁਣ ਚਾਰ ਨੂੰ ਚੱਕਣ ਲੱਪਿਆ ਕਿਉਂਕਿ ਚਰਾਂਦ ਵਾਲੇ ਡੰਗਰ ਦਾ ਤੇ ਖਰਾਕ ਵਾਲੇ ਨੰਗਰ ਦਾ ਫਰਕ ਪੈਣਾ ਬੜੀ ਛੇਰੀ ਸ਼ੁਰੂ ਹੋ ਜਾਂਦਾ ਤੇ ਚਾਰ ਦੇ ਉੱਪਰ ਜਦੋਂ ਇਹਨੂੰ ਦਾਣਾ ਹੁਣ ਚੰਗਾ ਮਿਲਿਆ ਤਾਂ ਚੰਗਾ ਆਸਾਨ ਫਰੂਗ ਆ ਇਹ ਕਰਮਾਂ ਵਾਲਾ ਚਾਰੂ ਬਹੁਤ ਆ ਦੋਸਤੋ ਜੈਲਾ ਬੜਾ ਵਾ ਕੋਈ ਇਹਨੂੰ ਬੱਚਾ ਖਿੱਚੀ ਫਰੇ ਕੋਈ ਮਤਬਲੀ ਨਹੀਂ ਸੋ ਇਹ ਜਿਹੜਾ ਆਸਾਨ ਦੋਸਤੋ ਕਿੱਦਾਂ ਲੱਗਾ ਜਰੂਰ ਦੱਸਿਓ ਮਿਲਦੇ ਹਾਂ ਬਹੁਤ ਜਲਦ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਸੋ ਦੋਸਤੋ ਮੇਰੀਆਂ ਵੀਡੀਓ ਕਿਦਾਂ ਲੱਗਦੀਆਂ ਇਹ ਵੀ ਜ਼ਰੂਰ ਦੱਸਿਓ ਜੇ ਕੋਈ ਕਮੀ ਪੇਸ਼ੀ ਹੁੰਦੀ ਦੋਸਤੋ ਉਹ ਵੀ ਦੱਸਿਆ ਕਰੋ ਮੈਂ ਕੋਸ਼ਿਸ਼ ਕਰੂੰਗਾ ਕਿ ਅਗਲੇ ਨੈਕਸਟ ਵੀਡੀਓ ਦੇ ਵਿੱਚ ਉਹ ਕਮੀ ਪੇਸ਼ੀ ਦੂਰ ਕਰਨ ਦੀ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ